सत्कारयोग सन्मानयोग गुरु की साजी लवाजी गुरु प्यारे गुरु सत्कारी गुरु रूप गुरु खालसा साध संगत जीओ आओ सरबत माई भाई जबर छतर तख्त दे मालक जगो जग अटल साहिब श्री गुरु ग्रंथ साहिब महाराज जी दे पावन चरणा उपर अपने मस्तक नु झुकाओ अते लवाओ हाजरियां कलगीधर पातशाह महाराज जी दा बख्शिश कीता होया फतेह दा नारा सारियां सिख संगतां आदव सहित फतेह प्रवान करो फतेह बुलाओ गज के आखो जी वाहिगुरु जी का खालसा वाहिगुरु जी की फतेह। सत्कार जो खालसा जी अज का दिन सिख कौम दे लई बड़ा विशेष दिहाड़ा है। अज आल वर्ल्ड दे विच जिथे भी नानक नाम लेवा सिख रहिंदे ने साहिब श्री गुरु तेग बहादुर साहिब महाराज जी शहादत बड़ी श्रद्धा पूर्वक मनाई जा रही है। सिखी दे झंडे चल रहे हैं, ढाडी वारा गा रहे ने कथा वाचक कौम दे प्रचारक सिख संगतां नूं इतिहास तो जाणू करवा रहे हैं। इतिहास कौमां दी जिंद जान होया करदे हन। साडा इतिहास बड़ा गौरवमयी विलखणता वाला इतिहास है। नौवें पातशाह गुरु तेग बहादुर साहिब महाराज जिन्हां ने दुखी मजलूमां दीआं पकारां नूं सुण के अपने आप नूं कुर्बान होण दा अपने मन विच टीचा मिथिया सी। ਉਹ ਹਜ਼ਾਰਾਂ ਭਾਰਤ ਦੇ ਬੱਚੇ ਤੇ ਬੱਚੀਆਂ ਯਤੀਮ ਹੋਣ ਤੋਂ ਬਚਾਏ ਸਨ। ਧੰਨ ਸੀ ਗੋਬਿੰਦ ਰਾਏ ਜੀ ਜਿਨ੍ਹਾਂ ਨੇ ਆਪਣੇ ਪਿਤਾ ਨੂੰ ਆਪਣੇ ਆਪ ਆ ਕੇ ਕਿਹਾ, ਆਪਣੇ ਮੁਖਾਰਬਿੰਦ ਚੋਂ ਬੋਲ ਕੇ ਆਖਿਆ ਸੀ, ਬਾਪੂ ਜੀ ਇਹਨਾਂ ਮਜ਼ਲੂਮਾਂ ਦੀ ਖਾਤਰ ਆਪਣੇ ਸੀਸਤਾ ਵਾਲੀ ਦਾਨ ਦੇ ਦਿਓ। ਇੱਕ ਕਵੀ ਲਿਖਦਾ, ਹਰ ਬੰਦੇ ਦੀ ਰੀਝ ਹੈ ਰੱਬ ਕੋਲੇ ਇੱਜ਼ਤਦਾਰ, ਮੈਂ ਧਨੀ ਮਨੀਮ ਹੋਵਾਂ, ਹਰ ਕੋਈ ਚਾਹੁੰਦਾ ਰੁਤਬਾ ਲੀਡਰੀ ਦਾ, ਸ਼ਾਹ ਅਕਬਰ ਦਾ ਪੁੱਤ ਸਲੀਮ ਹੋਵਾਂ, ਉਹ ਕੋਈ ਆਖਦਾ ਪੂਜੇ ਸੰਸਾਰ ਮੈਨੂੰ ਭਾਈ ਅਰਜਨ ਦਾ ਜ਼ੋਰ ਵਿੱਚ ਭੀਮ ਹੋਵਾਂ, ਪਰ ਧੰਨ ਜਿਗਰਾ ਸੀ ਗੁਰੂ ਗੋਬਿੰਦ ਸਿੰਘ ਦਾ ਪਿਤਾ ਸ਼ਹੀਦ ਹੋਵੇ ਤੇ ਮੈਂ ਯਤੀਮ ਹੋਵਾਂ। ਸਤਿਕਾਰਯੋਗ ਖਾਲਸਾ ਜੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਆਪ ਜੀ ਨੇ ਪ੍ਰਚਾਰ ਰਾਹੀਂ ਸਰਵਣ ਕੀਤੀ ਹੈ, ਪਰ ਇੱਕ ਢਾਡੀ ਕਲਾ ਅਨਿੱਖਣਵਾ ਅੰਗ ਹੈ। ਛੇਵੇਂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼, ਅਸੀਂ ਤੁਹਾਡੇ ਸਾਹਮਣੇ ਢਾਡੀ ਕਲਾ ਦੁਆਰਾ ਉਹਨਾਂ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਸ਼ਹੀਦੀ ਪੇਸ਼ ਕਰਨੀ ਹੈ, ਜੋ ਵਿਰਾਗਮਈ ਸ਼ਹੀਦੀ ਇੱਕ ਵੀਰ ਰਸ ਹੋਇਆ ਕਰਦਾ ਹੈ, ਕਰਨਾ ਰਸ, ਇੱਕ ਹੱਸ ਰਸ, ਇੱਕ ਵਿਰਾਗ ਰਸ। ਵਿਰਾਗ ਰਸ ਦੇ ਵਿੱਚ ਉਹਨਾਂ ਕੌਮ ਦੇ ਮਹਾਨ ਯੋਧਿਆਂ ਦੀਆਂ ਵਾਰਾਂ ਤੁਹਾਡੇ ਸਾਹਮਣੇ ਪੇਸ਼ ਕਰਨੀਆਂ ਨੇ, ਜੋ ਇੱਕ ਢਾਡੀ ਕਲਾ ਹੈ, ਇਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੈ, ਅਨਿੱਖਣਵਾ ਅੰਗ ਹੈ। ਸਤਿਕਾਰਯੋਗ ਖਾਲਸਾ ਜੀ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਦੇ ਵਿੱਚ ਪਹੁੰਚੇ ਸਨ। ਜਦੋਂ ਦਿੱਲੀ ਦੇ ਵਿੱਚ ਪਹੁੰਚੇ ਆ ਤਾਂ ਇਹਨਾਂ ਨੂੰ ਕੈਦ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ। ਪਹਿਲੀ ਪੇਸ਼ੀ ਕਰਨ ਤੋਂ ਬਾਅਦ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਭਾਈ ਮਤੀ ਦਾਸ ਨੇ ਆਖਿਆ, ਸਤਿਗੁਰੂ ਇਹ ਗੁਰੂ ਨਾਨਕ ਮਹਾਰਾਜ ਦੀ ਨੌਵੀਂ ਜੋਤ, ਇਹ ਤਸੀਹੇ ਕਿਉਂ ਚੱਲ ਰਹੇ ਹੈ, ਕੋਈ ਕਰਾਮਾਤ ਵਿਖਾਈਏ, ਜੇ ਤੁਹਾਡਾ ਹੁਕਮ ਹੋਵੇ ਤੇ ਦਿੱਲੀ ਤੇ ਲਾਹੌਰ ਸ਼ਹਿਰ ਨੂੰ ਮੈਂ ਪੁੱਠਾ ਗੇੜ ਸਕਦਾ। ਸਤਿਗੁਰੂ ਮਹਾਰਾਜ ਨੇ ਮਿਹਰ ਦੀਆਂ ਨਜ਼ਰਾਂ ਪਾਈਆਂ, ਸੀਸ ਤੇ ਪਵਿੱਤਰ ਹੱਥ ਰੱਖਿਆ, ਸ਼ਾਂਤੀ ਆਈ। ਸਤਿਗੁਰੂ ਮਹਾਰਾਜ ਨੇ ਸ਼ਾਂਤੀ ਬਖਸ਼ਿਸ਼ ਕੀਤੀ, ਕਹਿਣ ਲੱਗੇ, ਮਤੀ ਦਾਸ ਇੱਥੇ ਕਰਾਮਾਤ ਖਾਉਣ ਵਾਸਤੇ ਹੀ ਆਏ, ਤੇਰੇ ਸਾਹਮਣੇ ਕਰਾਮਾਤ ਵਿਖਾਈ ਜਾਵੇਗੀ। ਸਖਤ ਤੋਂ ਸਖਤ ਤਸੀਹੇ ਦਿੱਤੇ ਗਏ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ। ਔਰੰਗਜ਼ੇਬ ਬਾਦਸ਼ਾਹ ਨੇ ਆਪਣੀ ਕਚਹਿਰੀ ਦੇ ਵਿੱਚ ਸੱਦਿਆ, ਚੰਦਨ ਦੀ ਚੌਂਕੀ ਤੇ ਬਿਠਾਇਆ ਨੌਵੇਂ ਪਾਤਸ਼ਾਹ ਮਹਾਰਾਜ ਨੂੰ। ਹੋਸ ਨਾ ਸੀਸ ਤੇ ਪੱਗ ਦੀਏ
Yeah.
कच्चे घड़े ते तरन दी चाह जिहनूं असीं परतदे कदे किनारियां वल हुंदे कदे मथाज नहीं दीवियां दे हर एक मस्या उहनां दी चाननी है जिहड़ी कौम दे अणखी पतंगियां ने छेक शमां दी लाट ते मानणी है उह बणदे कदे इतिहास नहीं इस गल्ले कि असीं राजां दे इन्ने पूर जम्मे आउण वालियां नसलां ने पुछणा है किहड़ी कौम ने बहुते मनसूर जम्मे। भाई पति दास कचहरी दे विच खड़े ने पै भीत हो के रंगजे बादशाह बड़ा कट्टर तो असवी राजा सी बादशाह सी बड़े सख्त तो सख्त सवाल करना जा रहे है काजी मुल्ले मलाने बड़े सख्त तो सख्त सवाल करते जा रहे ने ता मती दास ने बड़े कड़क के आख्या कहण लगे मैनू मौत दा कोई डर ना देवो असी मौत सहेड़न वास्ते मौत भरन वास्ते दिल्ली दे विच सत्कार जो खालसा जी मती दास नूं औरंगजेब मती दास दीआं गल्लां सुण के वचन सुण के सड़ के कोले हो गया कोई फतवा लगाओ सत्कार जो खालसा जी फतवा लाया कहता इस आरे दे नाल चीर के शहीद किया जाए ते पहली मिसाल है जिथे लकड़ा नूं आरे दे नाल चीरिया जाता है गुरमुख प्यारे वे कौम शहीदां दी कौम मरीदां दी कौम मरजीवणियां दी कौम है ਇਹ ਤਾਂ ਕੌਮ ਹੈ ਸਿਰ ਲੱਥ ਯੋਧਿਆਂ ਦੀ ਸਿਰ ਲੱਥ ਕੇ ਸਿਰਕ ਨਾਲ ਜਾਣ ਦਿੱਤਾ ਉਹ ਸੇਵਾ ਪੰਥ ਦੀ ਜਿਹਨੇ ਵੀ ਕਰੀ ਜਿਤਨੀ ਉਹਨੂੰ ਪੰਥ ਨੇ ਉਹਨਾਂ ਸੀ ਮਾਣ ਦਿੱਤਾ ਨਦੀਆਂ ਲਹੂ ਦੀਆਂ ਲੰਘਦੇ ਰਹੇ ਹੱਸ ਕੇ ਬਖ ਸਤਿਗੁਰਾਂ ਨੇ ਐਸਾ ਤਾਣ ਦਿੱਤਾ ਉਹ ਜਿਹਨੂੰ ਮਿਲੇ ਸੀ ਮਿਲੇ ਨਿਸ਼ੰਦ ਹੋ ਕੇ ਮੈਰੀ ਤਾਈ ਭੁਲੇਖਾ ਨਾ ਖਾਣ ਦਿੱਤਾ ਮਤੀ ਦਾਸ ਨੂੰ ਉਹ ਦਰਿੰਡੇ ਸਾਹਿਬ ਲੋਕ ਆਰੇ ਦੇ ਨਾਲ ਫੱਟਿਆਂ ਦੇ ਵਿੱਚ ਅਕੜ ਕੇ ਜਿਵੇਂ ਸ਼ਹੀਦ ਕਰ ਰਹੇ ਨੇ ਉਸ ਦਰਦਨਾਕ ਸੀਨ ਦਾ ਵਰਣਨ ਹਾਕਮ ਸਿੰਘ ਬਹਿਣੀਵਾਲ ਸਾਥੀ ਕਰਨੈਲ ਸਿੰਘ ਬਹਿਣੀਵਾਲ ਸਾਥੀ ਜਪੈ ਸਿੰਘ ਬਹਿਣੀਵਾਲ ਤੇ ਸਕੇ ਭਰਾ ਨੇੜੇ ਪਿੰਡਰਕਲਾ ਜ਼ਿਲ੍ਹਾ ਮੋਗਾ ਸੁਰਗੀ ਬਾਦ ਮੱਖਣਦੀਪ ਸਿੰਘ ਤਿਹਾੜਾ ਜ਼ਿਲ੍ਹਾ ਲੁਧਿਆਣਾ ਗਾ ਕੇ ਹੇ ਕਿਉਂ ਗੱਲ ਕਰ ਦਿੰਦੇ
ਉਦਮ ਬਿਨਾਂ ਨਾ ਕੋਈ ਵੀ ਕੰਮ ਸਰਦਾ, ਕੰਮ ਸਰੇ ਬਿਨਾਂ ਨਹੀਂ ਸਤਿਕਾਰ ਮਿਲਦਾ। ਹੁਸਨ ਬਾਅਦ ਨਜਾਕਤਾਂ ਸੁਣਦੀਆਂ ਨਹੀਂ, ਬਿਨਾਂ ਤਾਂਗ ਦੇ ਨਹੀਂ ਦਿਲਦਾਰ ਮਿਲਦਾ। ਬਿਨਾਂ ਦਿੱਤੇ ਕੁਰਬਾਨੀ ਦੀ ਭੇਟ ਦਿਲਵਰ ਨਹੀਂ ਆਜ਼ਾਦੀ ਦਾ ਖਿੜਿਆ ਗੁਲਜ਼ਾਰ ਮਿਲਦਾ। ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰਿਆ ਗਿਆ। ਸਤਿਕਾਰਯੋਗ ਖਾਲਸਾ ਜੀ ਭਾਈ ਦਿਆਲਾ ਜੀ ਕੋਲ ਬੈਠੇ ਨੇ। ਭਾਈ ਦਿਆਲੇ ਜੀ ਨੂੰ ਜਦੋਂ ਤੱਕਿਆ, ਭਾਈ ਦਿਆਲੇ ਜੀ ਨੇ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਦੋਫਾੜ ਕੀਤਾ ਗਿਆ ਤਾਂ ਸਿੱਖ ਦੇ ਮੁੱਖ ਦੇ ਵਿੱਚੋਂ ਨਿਕਲਿਆ, ਕਹਿੰਦੇ ਜ਼ਾਲਮਾਂ ਦੀ ਇਹ ਭਾਈ ਮਤੀ ਦਾਸ ਦਾ ਸਰੀਰ ਚੀਰਿਆ ਗਿਆ। ਕਹਿੰਦੇ ਜ਼ੁਲਮ ਰਾਜ ਦੀਆਂ ਜੜਾਂ ਚੀਰੀਆਂ ਗਈਆਂ ਨੇ। ਤਾਂ ਕਾਜੀ ਕਹਿਣ ਲੱਗੇ ਤੈਨੂੰ ਵੀ ਦੱਸਦੇ ਆ ਸਿੱਖੀ ਦਾ ਪਤਾ, ਮੁਗਲਾਂ ਦੀਆਂ ਜੜਾਂ ਨੂੰ ਚੀਰਨ ਵਾਲਿਆ ਦੋ ਮਿੰਟ ਵੇਖ। ਤਾਂ ਭਾਈ ਦਿਆਲੇ ਜੀ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਬੜੀ ਦੇਗ ਦਿਆਲੇ ਨੂੰ ਗੜਕਾਇਆ, ਝੁਕ ਗਿਆ ਜਲਾਦ ਸਤਿਕਾਰ ਦੇ ਨਾਲ। ਉਹ ਚੜੀਆਂ ਜਿੱਤ ਦੀਆਂ ਲਾਲੀਆਂ ਜ਼ਿੰਦਗੀ ਨੂੰ, ਮੌਤ ਹਾਰ ਗਈ ਹੌਸਲਾ ਹਾਰ ਦੇ ਨਾਲ। ਹੋ ਗਿਆ ਕਸ਼ਮੀਰ ਦਾ ਭਾਰ ਹੌਲਾ, ਦਿੱਲੀ ਡੋਲ ਗਈ ਜ਼ੁਲਮ ਦੇ ਭਾਰ ਦੇ ਨਾਲ। ਗੁਰਮੁਖ ਪਿਆਰਿਓ ਭਾਈ ਦਿਆਲੇ ਜੀ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਉਸ ਤੋਂ ਬਾਅਦ ਸਤੀ ਦਾਸ ਨੂੰ ਰੂਈ ਦੇ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਹੈ, ਸਾੜ ਕੇ ਸਵਾਹ ਕਰ ਦਿੱਤਾ ਹੈ। ਇਹ ਸਿੱਖਾਂ ਤੋਂ ਬਾਅਦ ਫਿਰ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਆਖਰੀ ਵਾਰ ਔਰੰਗਜ਼ੇਬ ਪਾਤਸ਼ਾਹ ਕਹਿਣ ਲੱਗਾ ਅੱਜ ਆਖਰੀ ਵਾਰ ਹੈ, ਅੱਜ ਤੁਹਾਨੂੰ ਲਾਸਟ ਮੌਕਾ ਦਿੱਤਾ ਜਾਂਦਾ। ਕੋਈ ਸੋਚ ਲਵੋ ਕਰਾਮਾਤ ਕਰਕੇ ਦਿਖਾਓ ਜਾਂ ਸਲਾਮਤ ਧਾਰਨ ਕਰ ਲਵੋ। ਜੇ ਤੁਹਾਡੇ ਵਰਗੇ, ਮੇਰਾ ਮਨ ਤੁਹਾਡੇ ਤੇ ਬੜਾ ਖੁਸ਼ ਹੈ, ਤੁਹਾਡੇ ਵਰਗੇ ਸ਼ਾਂਤਮਈ ਦੇ ਵਿੱਚ ਰਹਿਣ ਵਾਲੇ ਫਕੀਰ ਸੰਤ ਮੁਸਲਮਾਨ ਬਣ ਜਾਣਗੇ, ਤੁਹਾਡੇ ਵਰਗੇ ਹੀ ਸਾਰਾ ਹਿੰਦੁਸਤਾਨ ਮੁਸਲਮਾਨਾਂ ਪੀਰਾਂ ਦਾ ਬਣ ਜਾਵੇਗਾ। ਕੋਈ ਕਰਾਮਾਤ ਵਿਖਾਓ। ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਕਰਾਮਾਤ ਖੁਦਾ ਦੇ ਘਰ ਵਿੱਚ ਕਹਿਣ ਹੈ, ਇੱਥੇ ਕਰਾਮਾਤ ਨਹੀਂ ਵਿਖਾਉਣ ਆਏ। ਅਗਰ ਕਿਸੇ ਬਗੈਰ ਬਗੈਰ ਕਰਾਮਾਤ ਵਿਖਾਈ ਜਾਵੇ ਤਾਂ ਰੱਬ ਦੇ ਘਰ ਵਿੱਚ ਬਹੁਤ ਵੱਡਾ ਹਾਨੀ ਹੈ, ਤੋਹੀਨ ਹੈ ਪਰਮਾਤਮਾ ਦੀ ਉਸ ਖੁਦਾ ਦੀ। ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ ਔਰੰਗਜ਼ੇਬ, ਪਰ ਇੱਕ ਗੱਲ ਯਾਦ ਰੱਖੀ, ਧਰਮ ਦੀ ਖਾਤਰ ਸ਼ਹੀਦ ਹੋ ਜਾਣਾ, ਧਰਮ ਨੂੰ ਨਾ ਕਬੂਲ ਕਰਨਾ ਤੇ ਵੱਡੇ ਤੋਂ ਵੱਡੇ ਜ਼ੁਲਮ ਸਹਾਰ ਲੈਣੇ ਵੀ ਕੋਈ ਕਰਾਮਾਤ ਤੋਂ ਘੱਟ ਨਹੀਂ। ਇਹ ਸੜ ਵਲ ਕੇ ਕੋਲੇ ਹੋ ਗਿਆ। 11 ਨਵੰਬਰ 2020 ਦਾ ਦਿਨ ਹੈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਤਸੀਹੇ ਦਿੱਤੇ ਗਏ ਹਨ। ਵੀਰਵਾਰ ਦਾ ਨਿਭਾਗਾ ਦਿਨ ਚੜ੍ਹਿਆ, ਸਤਿਗੁਰੂ ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਇਹ ਦਰਿੰਡੇ ਲੋਕ, ਇਹ ਕਾਜ਼ੀ ਮੁੱਲੇ ਮਲਾਣੇ, ਔਰੰਗਜ਼ੇਬ ਬਾਦਸ਼ਾਹ, ਜ਼ੁਲਮੀ ਰਾਜਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕਰ ਰਿਹਾ, ਜਿਵੇਂ ਜਲਾਲੋਦੀਨ ਤੇਗ ਕੱਢ ਕੇ ਸਤਿਗੁਰੂ ਮਹਾਰਾਜ ਨੂੰ ਪ੍ਰਵਾਨ ਕਰਦਾ ਹੈ, ਉਸ ਸਮੇਂ ਦੇ 10 ਲੱਖ ਸਿੰਘ ਦਾ ਵਰਣਨ ਢਾਡੀ ਆਪਾਂ ਕਿਉਂ ਬਿਆਨ ਕਰਦਾ ਬਾਈ।
ਜਦੋਂ ਤੇਗ ਤੇ ਤੇਗ ਦਾ ਵਾਰ ਹੋਇਆ ਕੰਬੀ ਧਰਤੀ ਤੇ ਅੰਬਰ ਵੀ ਰੋਣ ਲੱਗਾ। ਤਿਲਕ ਜੰਜੂ ਤੇ ਧਰਮ ਦੀ ਰੱਖਿਆ ਲਈ ਹਿੰਦ ਲਈ ਕੁਰਬਾਨ ਕੋਈ ਹੋਣ ਲੱਗਾ। ਬਈ ਲੱਗੇ ਹੋਏ ਜੋ ਦਾਗ ਗੁਲਾਮੀਆਂ ਦੇ ਖੂਨ ਡੋਲ ਕੇ ਆਪਣਾ ਧੋਣ ਲੱਗਾ। ਨਾਮਾ ਗੁਰੂ ਅਜ ਚਾਂਦਨੀ ਚੌਂਕ ਅੰਦਰ ਸਾਗਰ ਸਬਰ ਦੇ ਪੂਰਮੇ ਪਾਉਣ ਲੱਗਾ। ਨਾਮੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨੂੰ ਜਲਾਲੋਦੀਨ ਜਲਾਬ ਕਹਿ ਰਿਹਾ, ਕਹਿੰਦੇ ਇਹ ਤੇਗ ਬਹਾਦਰ ਤੇਰਾ ਤੇਗ ਬਹਾਦਰ ਨਾਮ ਕਿਉਂ ਰੱਖਿਆ? ਤਾਂ ਸਤਿਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਤੇਰੇ ਵਰਗੇ ਜ਼ਾਲਮਾਂ ਦੀ ਤੇਗ ਦਾ ਵਾਰ ਰੋਕਣ ਵਾਸਤੇ, ਤੇਰੇ ਵਰਗੇ ਜ਼ਾਲਮਾਂ ਦੀ ਤੇਗ ਦਾ ਜ਼ੁਲਮ ਪਰਖਣ ਵਾਸਤੇ ਮੇਰਾ ਨਾਮ ਤੇਗ ਬਹਾਦਰ ਰੱਖਿਆ। ਸਤਿਕਾਰਯੋਗ ਖਾਲਸਾ ਜੀ ਜਲਾਲੋਦੀਨ ਜਲਾਬ ਉਹ ਕਹਿਣ ਲੱਗਾ, ਤੈਨੂੰ ਪਤਾ ਹੋਣਾ ਚਾਹੀਦਾ ਅਸੀਂ ਜੱਦੀ ਪੁਸ਼ਤੀ ਜਲਾਬ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੜੇ ਖੱਬੇ ਦੇ ਨਾਲ ਬੜੇ ਵਿਚਾਕ ਹੋ ਕੇ ਕਹਿ ਰਹੇ ਨੇ, ਕਹਿੰਦੇ ਤੈਨੂੰ ਵੀ ਪਤਾ ਹੋਣਾ ਚਾਹੀਦਾ ਸਾਡੇ ਬਾਪੂ ਨੇ ਦੋ ਤੇਗਾਂ ਪਹਿਨੀਆਂ ਨੇ ਜਿਹੜੀ ਹੱਥ ਤੇਰੇ ਵਿੱਚ ਤੇਗ ਫੜੀ ਹੋਈ ਹੈ। ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ ਹੈ। ਉਹ ਜਲਾਲੋਦੀਨ ਜਲਾਬ ਮੈਨੂੰ ਤੇਗਾਂ ਦਾ ਡਾਵਾ ਨਾ ਦੇ, ਆਪਣਾ ਕੰਮ ਕਰ, ਮੈਂ ਧਰਮ ਵਿੱਚ ਅਡੋਲ ਨਿਰਪੱਖ ਬੈਠਾ ਹਾਂ। ਆਓ ਕਿਵੇਂ ਸਤਿਗੁਰੂ ਮਹਾਰਾਜ ਨੂੰ ਉਹ ਸ਼ਰੀਰ ਕਰ ਰਹੇ ਨੇ ਉਹ ਮੇਰੇ ਦੱਬ ਰੱਖ ਸੀ ਦਾ ਵਰਨਣ ਚਾੜੀਏ ਤਾਂ ਇਹੋ ਕਰ ਕਰਦਾ ਬਈ। ਆਪਣੇ ਜੀਵਨ ਸਫਲੇ ਕਰ ਰਹੀਆਂ ਨੇ। ਇਹ ਕੁਰਬਾਨੀ ਅਦੁੱਤੀ ਕੁਰਬਾਨੀ ਹੈ, ਭੁੱਲਣ ਵਾਲੀ ਨਹੀਂ। ਜਦ ਤੱਕ ਚੰਦ ਸੂਰਜ ਤਾਰੇ ਰਹਿਣਗੇ, ਜਦ ਤੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਇਸੇ ਤਰ੍ਹਾਂ ਚਮਕਦੀ ਰਹੇਗੀ। ਸੋ ਆਓ ਸਤਿਕਾਰਯੋਗ ਖਾਲਸਾ ਜੀ, ਸਮਾਂ ਤਾਂ ਸਾਡਾ ਸਮਾਪਤ ਸੀ ਪਰ ਕੀਰਤਨ ਵਾਲੇ ਸਿੰਘ ਨਹੀਂ ਆਏ। ਕਵਿਤਾ ਤੁਹਾਡੇ ਸਾਹਮਣੇ ਹੋ ਘਾਟੀ ਜਥਾ ਕਹਿਣ ਜਾ ਰਿਹਾ। ਸਤਿਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਸ਼ਹੀਦ ਹੋ ਗਏ। ਭਾਈ ਜੈਤਾ ਜੀ ਰਗਰੇਟੇ ਗੁਰੂ ਕੇ ਬੇਟੇ, ਸਤਿਕਾਰਯੋਗ ਖਾਲਸਾ ਜੀ, ਜਦੋਂ ਨੌਵੇਂ ਪਾਤਸ਼ਾਹ ਮਹਾਰਾਜ ਸ਼ਹੀਦ ਹੋਏ ਨੇ ਤਾਂ ਸਤਿਗੁਰੂ ਅਕਾਲ ਪੁਰਖ ਦੀ ਲੀਲਾ ਵਰਤੀ ਹੈ। ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਸੀਸ ਭਾਈ ਜੈਤਾ ਰਗਰੇਟਾ ਗੁਰੂ ਦਾ ਬੇਟਾ ਜਿਵੇਂ ਚੱਕ ਕੇ ਅਨੰਦਪੁਰ ਸਾਹਿਬ ਵਿਖੇ ਪਹੁੰਚਦਾ ਹੈ, ਮੰਜ਼ਲਾਂ ਨੂੰ ਮਾਰਦਾ ਹੋਇਆ ਉਸ ਸਮੇਂ ਦੇ ਸਿੰਘ ਦਾ ਵਰਣਨ ਢਾਡੀ ਜਥਾ ਸਿੱਖ ਸੰਗਤਾਂ ਦੀ ਸੇਵਾ ਵਿੱਚ ਹੈ।
श्री श्री गुरु